ਕ੍ਰਿਸਮਸ ਦੀਆਂ ਛੁੱਟੀਆਂ ਤੋਂ ਐਨ ਮੌਕੇ ਪਹਿਲਾ ਮਿਲੀਅਨ ਸੀ ਕੈਨੇਡੀਅਨ ਕੜਾਕੇ ਦੀ ਠੰਡ ਦਾ ਕਹਿਰ ਦੇਖਣ ਵਾਲੀ ਹਨ ਕੈਨੇਡਾ ਦੇ ਕਈ ਸੂਬਿਆਂ ਦੇ ਲਈ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਵਾਲੇ ਹਫਤੇ ਵਿੱਚ ਫ੍ਰੀਜ਼ਿੰਗ ਰੇਨ 스ਨੋਫਾਲ ਹੋਣ ਦੀ ਅਤੇ ਤੇਜ਼ ਚੱਕਰ ਚੱਲਣ ਦੀ ਪੋਕਵਾਨੀ ਕੀਤੀ ਜਾ ਰਹੀ ਹੈ ਇਸ ਪੋਕਵਾਨੀ ਦੇ ਤਹਿਤ 8 ਸੂਬੇ ਅਤੇ 2 ਟੈਰੀਟਰੀਸ ਆਉਣ ਵਾਲੀ ਹਨ ਇਹ ਸ਼ਕਤੀਸ਼ਾਲੀ ਬਰਫ਼ੀਲਾ ਤੂਫਾਨ ਹੈ ਜੋ ਕੈਨੇਡੀਅਨ ਸੂਬਿਆਂ ਨੂੰ ਹਿੱਟ ਕਰਨ ਵਾਲਾ ਹੈ ਜਿਸ ਦੇ ਵਿੱਚ 온ਟਾਰੀਓ ਕਿਊਬੈਕ ਮੈਨੀਟੋਬਾ ਤੇ ਸਸਕਾਚੁਆਨ ਦੇ ਵਿੱਚ ਠੰਡ ਦਾ ਕਹਿਰ ਵਧਣ ਵਾਲਾ ਤੇ ਨਾਲ ਹੀ ਇਸ ਹਫਤੇ ਦੇ ਅੰਤ ਤੋਂ ਲੈ ਕੇ ਅਗਲੇ ਹਫਤੇ ਦੇ ਮੱਧ ਤੱਕ ਬਰਫਬਾਰੀ ਹੋਣ ਦੀ ਸੀத் ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਬੀਸੀ ਵਿੱਚ ਵੀ ਆਉਂਦੇ ਕੱਲ ਤੋਂ ਠੰਡ ਦਾ ਕਹਿਰ ਵਧਣ ਵਾਲਾ ਹੈ ਜਿਸ ਦੇ ਵਿੱਚ ਪਾਰੇ ਵਿੱਚ ਆਉਣ ਵਾਲੀ ਗਿਰਾਵਟ ਕਰਕੇ ਕਈ ਥਾਵਾਂ ਦੇ ਉੱਤੇ ਤਾਪਮਾਨ -8 ਡਿਗਰੀ ਤੋਂ ਲੈ ਕੇ -15 ਡਿਗਰੀ ਤੱਕ ਪਹੁੰਚ ਸਕਦਾ ਹੈ। ਬੀਸੀ ਵਿੱਚ ਆਉਣ ਵਾਲੇ ਇਸ ਵੀਕਐਂਡ ਤੋਂ ਲੈ ਕੇ 크ਿਸਮਸ ਤੋਂ ਪਹਿਲਾਂ ਆਮ ਨਾਲੋਂ ਵੱਧ ਠੰਡਾ ਤਾਪਮਾਨ ਦੇਖਿਆ ਜਾਵੇਗਾ। ਆਰਕਟਿਕ ایر ਹਿੱਟ ਹੋਣ ਤੋਂ ਬਾਅਦ ਪਾਰੇ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ। ਸ਼ਨੀਚਰਵਾਰ ਤੋਂ ਲੈ ਕੇ ਕਈ ਥਾਵਾਂ ਦੇ ਉੱਤੇ 스노우ਫਾਲ ਦੀ ਭਵਿੱਖਬਾਣੀ ਜਾ ਰਹੀ ਹੈ ਤੇ ਕਈ ਥਾਵਾਂ ਦੇ ਉੱਤੇ ਤਾਪਮਾਨ -15 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ the greater toronto area ਦੇ ਵਿੱਚ ਅੱਜ ਸਨੋਫਾਲ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਸ ਕਰਕੇ ਕਈ ਥਾਵਾਂ ਦੇ ਉੱਤੇ ਫ੍ਰੀਜ਼ਿੰਗ ਗ੍ਰੇਨ ਹੋਣ ਦੀ ਵੀ ਸੰਭਾਵਨਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਟੋਰਾਂਟੋ ਲਈ ਅਤੇ ਦੱਖਣੀ 온ਟਾਰੀਓ ਦੇ ਲਈ ਵਿੰਟਰ ਵੈਦਰ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਗੈਰ ਜ਼ਰੂਰੀ ਕੰਮਾਂ ਨੂੰ ਟਾਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਟੋਰਾਂਟੋ ਵਿੱਚ ਇਸ ਸਮੇਂ ਦੌਰਾਨ 15 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ پیشੀ ਨਿਗੋਈ ਕੀਤੀ ਜਾ ਰਹੀ ਹੈ ਕੈਨੇਡਾ ਦੀ ਰਾਜਧਾਨੀ ਆਟਵਾ ਵੀ ਬਰਫਬਾਰੀ ਦੀ ਲਪੇਟ ਵਿੱਚ ਆਉਣ ਵਾਲੀ ਹੈ ਜਿੱਥੇ 25 ਸੈਂਟੀਮੀਟਰ ਤੱਕ ਸਨੋਫਾਲ ਹੋਣ ਦੀ ਪੇਸ਼ੇਂਟ ਗੋਈ ਕੀਤੀ ਜਾ ਰਹੀ ਹੈ ਕੈਨੇਡਾ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਬਰਫ਼ੀਲਾ ਤੂਫਾਨ ਆਉਣ ਕਰਕੇ ਠੰਡ ਦਾ ਕਹਿਰ ਵਧਣ ਵਾਲਾ ਹੈ